ਇਹ ਕੁਐਸਚਨ ਬਾਰ ਬਾਰ ਪੁੱਛਿਆ ਜਾ ਰਿਹਾ ਹੈ ਕਿ ਪੀ ਐੱਸ ਟੈਟ ਕਦੋਂ ਹੋਏਗਾ, ਮਤਲਬ ਕਿ ਉਸ ਦੀ ਡੇਟ ਜਾਂ ਫੋਰਮ ਫਿਲਿੰਗ ਕਦੋਂ ਸ਼ੁਰੂ ਹੋਣਗੇ। ਜੋ ਲੋਕ ਤਿਆਰੀ ਕਰ ਰਹੇ ਨੇ ਉਹ ਵੀ ਚਿੰਤਿਤ ਨੇ, ਜਿਹੜੇ ਤਿਆਰੀ ਘੱਟ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਨੇ ਉਹ ਵੀ ਉਨੀ ਚਿੰਤਾ ਵਿੱਚ ਹਨ। ਮੇਰੇ ਖਿਆਲ ਵਿੱਚ ਇੰਟਰਿੰਸਿਕ ਮੋਟੀਵੇਸ਼ਨ ਨੂੰ ਕਾਇਮ ਰੱਖਣਾ ਚਾਹੀਦਾ ਹੈ। ਪੀ ਐੱਸ ਟੈਟ ਨਾ ਹੋਣ ਦਾ ਕਾਰਨ ਜਾਂ ਡਿਲੇ ਹੋਣ ਦਾ ਕਾਰਨ ਹਜੇ ਤੱਕ ਸਭ ਨੂੰ ਸਪਸ਼ਟ ਹੈ ਕਿ ਇਲੈਕਸ਼ਨ ਉਸਦਾ ਮੇਨ ਕਾਰਨ ਹੈ। ਔਰ ਪਿਛਲੇ ਟ੍ਰੈਂਡ ਨੂੰ ਜਦੋਂ ਤੁਸੀਂ ਦੇਖਦੇ ਹਾਂ ਕਿ ਪੰਜਾਬ ਵਿੱਚ ਪੀ ਐੱਸ ਟੈਟ ਵਿਦਇਨ 5 ਵੀਕ 5 ਹਫ਼ਤਿਆਂ ਦੇ ਵਿੱਚ ਸਾਰੀ ਪ੍ਰੋਸੀਜਰ ਨੂੰ ਕੰਪਲੀਟ ਲਗਭਗ ਕਰ ਲਿਆ ਜਾਂਦਾ ਹੈ। 2 ਤੋਂ 3 ਹਫ਼ਤੇ ਤੁਹਾਨੂੰ ਫੋਰਮ ਫਿਲ ਲਈ 3 ਕੁ ਹਫ਼ਤੇ ਮਿਲਦੇ ਨੇ ਔਰ 2 ਹਫ਼ਤੇ ਤੋਂ ਬਾਅਦ ਤੁਹਾਡਾ ਐਗਜ਼ਾਮ ਹੋ ਜਾਂਦਾ ਹੈ। ਸੋ ਜੂਨ ਵਿੱਚ ਇਲੈਕਸ਼ਨ ਹੋਣ ਤੋਂ ਬਾਅਦ ਇਹ ਮੰਨ ਲਿਆ ਜਾਏ ਕਿ ਜੂਨ ਦੇ ਲਾਸਟ ਤੱਕ ਜੇ ਫੋਰਮ ਫਿਲਿੰਗ ਹੋ ਜਾਂਦੀ ਹੈ ਅਤੇ ਅਗਸਤ ਵਿੱਚ ਤੁਹਾਡੇ ਐਗਜ਼ਾਮ ਹੋ ਸਕਦੇ ਹਨ। ਜਿਹੜੇ ਇਹ ਮੰਨ ਕੇ ਚੱਲਣਗੇ ਕਿ ਅਗਸਤ ਵਿੱਚ ਮੇਰੇ ਐਗਜ਼ਾਮ ਹੈ, ਨੈਚੁਰਲੀ ਹੈ ਕਿ ਕੰਟੀਨਿਊਟੀ ਰੱਖਣਗੇ। ਕੰਟੀਨਿਊਟੀ ਰੱਖਣਾ ਇਸ ਲਈ ਜ਼ਰੂਰੀ ਹੈ ਕਿ ਪੀ ਐੱਸ ਟੈਟ 'ਚੋਂ ਮਾਰਕਸ ਜ਼ਿਆਦਾ ਲੈਣੇ ਨੇ। ਜਿਹੜੇ ਸਿਰਫ ਇਹ ਮੰਨ ਕੇ ਚੱਲਦੇ ਨੇ ਕਿ ਮੈਂ 90 ਮਾਰਕਸ ਜਾਂ 82 ਮਾਰਕਸ ਲੈ ਕੇ ਪਾਸ ਹੋਣਾ ਹੈ, ਉਹ ਬਿਲਕੁਲ ਗਲਤ ਹੈ। ਕਿਉਂਕਿ ਇਹ ਪੋਸੀਬਲ ਹੈ ਕਿ ਜਦੋਂ ਸਿਲੈਕਸ਼ਨ ਹੋਣੀਆਂ, ਨਵੀਆਂ ਜਿਹੜੀਆਂ ਭਰਤੀਆਂ ਹੋਣੀਆਂ ਨੇ, ਉਦੋਂ ਹੋ ਸਕਦਾ ਹੈ ਕਿ ਸਿਲੈਕਸ਼ਨ ਟੈਸਟ ਦੇ ਨਾਲ ਪੀ ਐੱਸ ਟੈਟ ਨੂੰ 50-50% ਵੇਟੇਜ ਦੇ ਦਿੱਤੀ ਜਾਵੇ। ਸੰਭਾਵਨਾ ਹੈ ਜੇ 50% ਵੇਟੇਜ ਦਿੱਤੀ ਗਈ ਤਾਂ 90 ਮਾਰਕਸ ਵਾਲੇ ਔਰ 82 ਮਾਰਕਸ ਦੇ ਜਿਹੜੇ ਪਾਸ ਹੋਏ ਨੇ ਉਹ ਜੋਬ ਲਈ ਕੰਪੀਟ ਨਹੀਂ ਕਰ ਪਾਉਣਗੇ। ਦੈਟ ਇਜ਼ ਵਾਈ ਇਸ ਨੂੰ ਕੰਟੀਨਿਊਟੀ ਬਣਾਈ ਰੱਖੋ, ਮੋਟੀਵੇਸ਼ਨ ਜਾਰੀ ਰੱਖੋ, ਆਪਣੀ ਤਿਆਰੀ ਜਿੱਥੋਂ ਵੀ ਜਿੱਦਾਂ ਵੀ ਕਰ ਰਹੇ ਹੋ ਉਹਨਾਂ ਜੁੜੇ ਰਹੋ। ਕਿਉਂਕਿ ਆਪਣੇ ਆਪ ਨੂੰ ਇਹ ਕਹਿਣਾ ਹੈ ਕਿ ਮੈਨੇ ਹਾਈਐਸਟ ਮਾਰਕਸ ਲੈਣੇ ਨੇ ਤਾਂ ਜੋ ਜੋਬ ਵੱਲ ਜਾ ਸਕੀਏ। ਅਦਰਵਾਈਜ਼ ਪੀ ਐੱਸ ਟੈਟ ਦਾ ਵਧੇਰੇ ਫਾਇਦਾ ਨਹੀਂ ਹੈ, ਪ੍ਰਾਈਵੇਟ ਜੋਬ ਲਈ ਹੀ ਸਿਰਫ ਲਾਭ ਰਹਿ ਜਾਂਦਾ ਹੈ। ਸੋ ਅਗਸਤ ਵਿੱਚ ਅਸੀਂ ਮੰਨ ਕੇ ਚੱਲਦੇ ਹਾਂ ਕਿ ਇਹ ਟੈਸਟ ਕੰਡਕਟ ਹੋ ਜਾਏਗਾ।